श्री वाहे गुरु साहेब जी। जाना मरण
ਸਲਾਹੇ ਪਾਰ ਗੁਣੀ ਗਹੀਰਾ ਜਨਮ ਮਰਨ ਕਾ ਦੁੱਖ ਗਿਆ ਫਿਰ ਪਵਾਨਾ ਫੇਰਾ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਪਹਿਲਾ। ਵਾਹੋ ਖਸਮ ਤੂੰ ਵਾਹੋ ਜਿਨ ਰਾਜ ਰਚਨਾ ਹਮ ਕੀਏ ਸਾਗਰ ਲਹਿਰ ਸਮੰਗ ਸਰਵੇ ਲਿਵ ਰਸ ਵਰਾਹੋ। ਸਲੋਕ ਸੋਹੀ ਕੀ ਵਾਰ ਸਲੋਕਾਂ ਸਮੇਤ ਪੌੜੀ ਦਸਵੀਂ। ਹੇ ਖਸਮ ਤੂੰ ਧਨ ਹੈ, ਤੂੰ ਧਨ ਹੈ ਜਿਸ ਜਗਤ ਰਚਨਾ ਰਚ ਕੇ ਸਾਨੂੰ ਜੀਵਾਂ ਨੂੰ ਪੈਦਾ ਕੀਤਾ। ਸਮੁੰਦਰ ਦੀਆਂ ਲਹਿਰਾਂ, ਤਲਾਬ, ਹਰੀਆਂ ਵੇਲਾਂ, ਵਰਖਾ ਕਰਨ ਵਾਲੇ ਬੱਦਲ, ਇਹ ਸਾਰੀ ਰਚਨਾ ਕਰਨ ਵਾਲਾ ਤੂੰ ਹੀ ਹੈ। ਤੂੰ ਆਪ ਹੀ ਸਭ ਨੂੰ ਪੈਦਾ ਕਰਕੇ ਸਭ ਵਿੱਚ ਆਪ ਵਿਆਪਕ ਹੈ ਅਤੇ ਨਿਰਲੇਪ ਵੀ ਹੈ। ਉਤਸ਼ਾਹ ਨਾਲ ਤੇਰੇ ਨਾਮ ਦੀ ਕਮਾਈ ਕਰਕੇ ਗੁਰਮੁਖਾਂ ਦੀ ਮਿਹਨਤ ਤੇਰੇ ਦਰ 'ਤੇ ਕਬੂਲ ਪੈਂਦੀ ਹੈ। ਉਹ ਬੰਦਗੀ ਦੀ ਘਾਲ ਘਾਲ ਕੇ ਹੇ ਖਸਮ ਤੇਰੇ ਦਰ ਤੋਂ ਮੰਗ ਮੰਗ ਕੇ ਮਨਜ਼ੂਰੀ ਲੈਂਦੇ ਹਨ। ਹੇ ਨਾਨਕ ਆਖ, ਹੇ ਬੇਪਰਵਾਹ ਪ੍ਰਭੂ, ਤੇਰੇ ਦਰ ਬਰਕਤਾਂ ਨਾਲ ਭਰੇ ਹੋਏ ਹਨ। ਕੋਈ ਜੀਵ ਤੇਰੇ ਦਰ 'ਤੇ ਆ ਕੇ ਖਾਲੀ ਨਹੀਂ ਗਿਆ। ਤੂੰ ਸਦਾ ਕਾਇਮ ਰਹਿਣ ਵਾਲਾ ਹੈ ਅਤੇ ਮੁਦਾਜ ਹੈ। ਜੋ ਸਰੀਰ ਸੋਹਣੇ ਚਿੱਟੇ ਦੰਦਾਂ ਨਾਲ ਅਤੇ ਸੋਹਣੇ ਨੈਣਾਂ ਨਾਲ ਸੋਭ ਰਹੇ ਹਨ, ਹੇ ਨਾਨਕ ਬੁਢੇਪਾ ਇਹਨਾਂ ਦਾ ਵੈਰੀ ਹੈ, ਕਿਉਂਕਿ ਬੁੱਢੇ ਹੋ ਕੇ ਇਹ ਨਾਸ ਹੋ ਜਾਂਦੇ ਹਨ। ਹੇ ਜੀਵ, ਤਨ ਮਨ ਸਰੀਰ ਆਪਣਾ ਆਪ ਪ੍ਰਭੂ ਦੇ ਹਵਾਲੇ ਕਰ, ਭਾਵ ਪ੍ਰਭੂ ਦੀ ਪੂਰਨ ਰਜ਼ਾ ਵਿੱਚ ਰਹਿ ਕੇ ਸਦਾ ਉਸ ਦੀ ਸਿਫਤ ਸਲਾਹ ਕਰ। ਜਿਸ ਮਨੁੱਖ ਨੇ ਗੁਰੂ ਸ਼ਬਦ ਦੀ ਰਾਹੀਂ ਸਿਮਰਿਆ ਹੈ ਉਸ ਨੂੰ ਸਦਾ ਥਿਰ ਰਹਿਣ ਵਾਲਾ ਡੂੰਘੇ ਵੱਡੇ ਦਿਲ ਵਾਲਾ ਪ੍ਰਭੂ ਮਿਲ ਪੈਂਦਾ ਹੈ। ਉਸ ਦੇ ਮਨ ਵਿੱਚ, ਤਨ ਵਿੱਚ ਹੀਰਿਆਂ ਦਾ ਹੀਰਾ ਪ੍ਰਭੂ ਸਦਾ ਵੱਸਦਾ ਹੈ। ਉਸ ਦਾ ਜਨਮ ਮਰਨ ਦਾ ਦੁੱਖ ਮਿਟ ਜਾਂਦਾ ਹੈ। ਉਸ ਨੂੰ ਫਿਰ ਇਸ ਗੇੜ ਵਿੱਚ ਚੱਕਰ ਨਹੀਂ ਲਾਉਣਾ ਪੈਂਦਾ। ਸੋ ਹੇ ਨਾਨਕ, ਤੂੰ ਵੀ ਉਸ ਪ੍ਰਭੂ ਦਾ ਨਾਮ ਸਿਮਰ ਜੋ ਗੁਣਾਂ ਦਾ ਮਾਲਕ ਹੈ ਅਤੇ ਵੱਡੇ ਦਿਲ ਵਾਲਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।